जगत तारक तन तन गुरु नानक पातशाह जी दे प्यार वाले सतसंगी जन, वाहिगुरु जी का खालसा वाहिगुरु जी की फतह। जदों अपने गुरदेव दे जीवन नूं आपां पढ़दे हाँ, सुनते हाँ, विचारते हाँ, तो सानू अपने महान सतगुर के उत्ते माण वधदा जांदा है। उन्हां दा सत्कार वड्डे तो वड्डा हुंदा तुरिया जांदा है। उन्हां दी जिंदगी दा जो एक करनी वाला पक्ष है, उहदे च निरा परपकार 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 ਭਰਿਆ ਹੀ ਪਿਆ ਹੈ। ਉਹਨਾਂ ਦੇ ਸਾਹਮਣੇ ਨਾ ਕੋਈ ਜਾਤ ਹੈ, ਨਾ ਰੰਗ ਹੈ, ਨਾ ਰੂਪ ਹੈ, ਨਾ ਨਸਲ ਹੈ, ਨਾ ਇਲਾਕਾ ਹੈ। ਉਹਨਾਂ ਦੇ ਸਾਹਮਣੇ ਕੇਵਲ ਅਤੇ ਕੇਵਲ ਮਨੁੱਖੀ ਸਮਾਜ ਹੈ। ਉਹ ਮਨੁੱਖ ਜਿਹਨੂੰ ਪਰਮਾਤਮਾ ਨੇ ਮਨੁੱਖਾ ਜੀਵਨ ਦੀ ਦਾਤ ਬਖਸ਼ੀ ਹੈ ਅਤੇ ਇਹਨੂੰ ਜ਼ਿੰਦਗੀ ਦੀ ਸਮਝ ਨਹੀਂ ਪਈ। ਇਹ ਜੀਵਨ ਦੇਣ ਵਾਲੇ ਨੂੰ ਵੀ ਨਹੀਂ ਜਾਣ ਸਕਿਆ ਅਤੇ ਦਿੱਤੀ ਹੋਈ ਜ਼ਿੰਦਗੀ ਨੂੰ ਵੀ ਨਹੀਂ ਸਮਝ ਸਕਿਆ। ਇਹਨੇ ਆਪਣੇ ਇਸ ਜ਼ਿੰਦਗੀ ਦੀ ਉੱਤਮਤਾ ਨੂੰ ਨਹੀਂ ਜਾਣਿਆ। ਇਹਨੇ ਜ਼ਿੰਦਗੀ ਦੇ ਆਪਣੇ ਸਫ਼ਰ ਨੂੰ ਬੇਸਮਝੀ ਦੇ ਤਲ ਉੱਤੇ ਰਹਿ ਕੇ ਬਿਨਾਂ ਜੀਵਨ ਦੀਆਂ ਪ੍ਰਾਪਤੀਆਂ ਤੋਂ ਬਤੀਤ ਕਰਨ ਵਾਲਾ ਮਦਹੋਸ਼ੀ ਭਰਿਆ ਰਸਤਾ ਚੁਣ ਲਿਆ, ਜਿੱਥੇ ਕੇਵਲ ਉਦਰ ਪੂਰਤੀ ਦੀ ਚਿੰਤਾ, ਕੇਵਲ ਆਪਣੇ ਸੰਤਾਨ ਦੇ ਸੁੱਖਾਂ ਦੀ ਚਿੰਤਾ, ਕੇਵਲ ਆਪਣੇ ਸਮਾਜਿਕ ਰੁਤਬਿਆਂ ਦਾ ਫਿਕਰ ਹੈ, ਜ਼ਿੰਦਗੀ ਦਾ ਫਿਕਰ ਨਹੀਂ ਹੈ। ਅਤੇ ਜ਼ਿੰਦਗੀ ਦੇ ਫਿਕਰ ਵਾਲੇ ਪਾਸੇ ਨੂੰ ਤੁਰ ਵੀ ਨਹੀਂ ਸਕਿਆ। ਜਿਵੇਂ ਆਪਾਂ ਗੁਰਦੇਵ ਦੀ ਜ਼ਿੰਦਗੀ ਦੇ ਇਤਿਹਾਸ ਵਾਚ ਰਹੇ ਹਾਂ, ਤਾਂ ਸਾਖੀਕਾਰਾਂ ਨੇ ਗੁਰਦੇਵ ਜੀ ਦੀ ਜ਼ਿੰਦਗੀ ਨੂੰ ਬਿਆਨ ਕਰਦਿਆਂ ਇਹ ਵੀ ਲਿਖਿਆ, ਗੁਰਦੇਵ ਪਿਤਾ ਜੀ ਭੂਟਾਨ ਦੀ ਧਰਤੀ 'ਤੇ ਗਏ ਨੇ। ਅਰੁਣਾਚਲ ਪ੍ਰਦੇਸ਼ ਤੋਂ ਅੱਗੇ ਵਧੇ ਇਸ ਧਰਤੀ ਦੇ ਉੱਤੇ ਗੁਰਦੇਵ ਪਿਤਾ ਜੀ, ਜਿਹੜੀ ਪਾਰੂ ਨਗਰੀ ਹੈ ਇੱਥੇ ਜਾਂਦੇ ਨੇ। ਇਹ ਜਿਹੜਾ ਇਲਾਕਾ ਹੈ, ਇਸ ਇਲਾਕੇ ਦੀ ਜਿਹੜੀ ਵਸੋਂ ਹੈ, ਆਬਾਦੀ ਹੈ, ਇਹ ਬਹੁਤ ਬੋਧੀ ਭਾਈਚਾਰੇ ਦਾ ਸਮਾਜ ਹੈ, ਜੋ ਮਹਾਤਮਾ ਬੁੱਧ ਜੀ ਤੋਂ ਵਰਸਾਇਆ ਹੋਇਆ ਆਪਣੇ ਆਪ ਨੂੰ ਮੰਨਦਾ ਹੈ। ਉਹਨਾਂ ਦੀਆਂ ਸਿੱਖਿਆਵਾਂ, ਉਹਨਾਂ ਦੇ ਉਪਦੇਸ਼ ਨੂੰ ਇਹ ਸਮਝਣ ਅਤੇ ਕਮਾਉਣ ਦਾ ਯਤਨ ਕਰਦਾ ਹੈ। ਹੁਣ ਗੁਰਦੇਵ ਜੀ ਨੇ ਇਹਨਾਂ ਦੇ ਸਮਾਜ ਵਿੱਚ ਜਾ ਕੇ ਨੇੜਿਓਂ ਦੇਖਿਆ, ਇੱਕ ਪਾਸੇ ਤਾਂ ਸਮਾਜ ਜਿਹੜਾ ਹੈ ਅਹਿੰਸਾ ਪਰਮੋ ਧਰਮ ਦੇ ਸਿਧਾਂਤ ਦੇ ਉੱਤੇ ਆਪਣੇ ਆਪੇ ਨੂੰ ਖਰਾ ਉਤਾਰਨ ਦੇ ਲਈ ਯਤਨਸ਼ੀਲ ਹੈ ਕਿ ਜੀਵ ਨੂੰ ਦੁੱਖ ਨਹੀਂ ਦੇਣਾ, ਜੀਵ ਦੀ ਹੱਤਿਆ ਨਹੀਂ ਕਰਨੀ, ਬੰਦੇ ਨੂੰ ਕਿਸੇ ਜੀਵ ਨੂੰ ਮਾਰਨਾ ਨਹੀਂ ਚਾਹੀਦਾ। ਜੇ ਬੰਦਾ ਇਸ ਤਰ੍ਹਾਂ ਕਰਦਾ ਹੈ ਤਾਂ ਉਹ ਪਾਪ ਕਰਮ ਹੈ, ਨਿਖਿੱਧ ਕਰਮ ਹੈ, ਬੁਰਾਈ ਦਾ ਕਰਮ ਹੈ, ਬਦੀ ਦਾ ਕਰਮ ਹੈ। ਪਰ ਇਹ ਲੋਕ ਬਹੁਤ ਅਜੀਬ ਜਿਹਾ ਇੱਥੇ ਕਰਮ ਕਰਦੇ ਸਨ।
ਗੁਰਦੇਵ ਪਿਤਾ ਸਮਾਜ ਨੂੰ ਪਹਿਲਾਂ ਪੜ੍ਹਦੇ ਨੇ, ਉਹਨੂੰ ਘੋਖਦੇ ਨੇ, ਨੇੜਿਓਂ ਦੇਖਦੇ ਨੇ ਇਹ ਕਿਸ ਤਰ੍ਹਾਂ ਦੇ ਮਨੁੱਖ ਨੇ, ਸੁਭਾਅ ਕਿਸ ਤਰ੍ਹਾਂ ਦਾ, ਕਰਮ ਕਿਸ ਤਰ੍ਹਾਂ ਦਾ, ਜੀਵਨ ਕਿਰਿਆ ਕਿਸ ਤਰ੍ਹਾਂ ਦੀ ਹੈ। ਗੁਰਦੇਵ ਜੀ ਕੋਈ ਘੜਿਆ ਘੜਾਇਆ ਉਪਦੇਸ਼ ਕਿਸੇ ਦੇ ਉੱਤੇ ਜ਼ਬਰਦਸਤੀ ਲਾਗੂ ਨਹੀਂ ਕਰਦੇ। ਗੁਰਦੇਵ ਜੀ ਸਮਾਜ ਨੂੰ ਪੜ੍ਹਦੇ ਨੇ, ਕੋਖਦੇ ਨੇ, ਸਮਾਜ ਵਿੱਚ ਪ੍ਰਚਲਿਤ ਗੁਣ ਅਵਗਣ ਨੂੰ ਗੁਰਦੇਵ ਪਿਤਾ ਜੀ ਆਪਣੀ ਦ੍ਰਿਸ਼ਟੀ ਦਾ, ਆਪਣੀ ਸੋਚ ਦਾ ਹਿੱਸਾ ਬਣਾਉਂਦੇ ਨੇ। ਜਾਂ ਗੁਰਦੇਵ ਜੀ ਨੂੰ ਰਾਹ ਸਫ਼ਰ ਵਿੱਚ ਚੱਲਦੇ ਹਾਂ ਜਿਹੜੀਆਂ ਕਨਸੂਮਾਂ ਮਿਲਦੀਆਂ ਨੇ, ਖਬਰਾਂ ਮਿਲਦੀਆਂ ਨੇ, ਜਾਣਕਾਰੀਆਂ ਮਿਲਦੀਆਂ ਨੇ, ਉਹਦੇ ਵਿੱਚੋਂ ਉਸ ਇਲਾਕੇ ਦੀਆਂ ਆ ਚੁੱਕੀਆਂ ਕਮੀਆਂ ਬਾਰੇ ਜਿਹੜੀਆਂ ਸੂਚਨਾਵਾਂ ਗੁਰਦੇਵ ਕੋਲ ਪਹੁੰਚਦੀਆਂ ਨੇ ਉਹਨਾਂ ਨੂੰ ਗੁਰਦੇਵ ਜੀ ਆਧਾਰ ਬਣਾ ਕੇ ਤਬਦੀਲੀ ਲਈ ਕੰਮ ਕਰਦੇ ਨੇ। ਗੁਰਦੇਵ ਜੀ ਜਿੱਥੇ ਅਧਿਆਤਮਿਕ ਗੁਰੂ ਨੇ ਉੱਥੇ ਗੁਰਦੇਵ ਜੀ ਜਦੋਂ ਅਸੀਂ ਉਹਨਾਂ ਦੇ ਜੀਵਨ ਨੂੰ ਪੜ੍ਹਦੇ ਹਾਂ ਉੱਥੇ ਉਹ ਇੱਕ ਲਸਾਨੀ ਸਮਾਜ ਸੁਧਾਰਕ ਨੇ। ਉਹ ਮਨੁੱਖ ਨੂੰ ਕਿਰਾਏ ਪੈਂਦਾ, ਕਿਰਾਏ ਵਿਚਰਦਾ ਹੋਇਆ ਨਹੀਂ ਵੇਖ ਸਕਦੇ। ਉਹ ਮਨੁੱਖੀ ਜ਼ਿੰਦਗੀ ਅੰਦਰ ਪਸ਼ੂ ਪੁਣਾ ਆ ਜਾਏ, ਸੋਚ ਵਿੱਚ ਇੰਨੀ ਹੀਣਤਾ ਜਾਂ ਗਿਰਾਵਟ ਆ ਜਾਏ, ਗੁਰੂ ਨਾਨਕ ਸੱਚੇ ਪਾਤਸ਼ਾਹ ਬਰਦਾਸ਼ਤ ਨਹੀਂ ਕਰਦੇ। ਗੁਰਦੇਵ ਜੀ ਨੂੰ ਤਾਂ ਮਨੁੱਖ ਚਾਹੀਦਾ ਜਿਹੜਾ ਸੁਚਿਆਰ ਹੋਵੇ, ਜਿਹਦੇ ਅੰਦਰ ਕੂੜ ਦੀ ਕੰਧ ਟੁੱਟੀ ਹੋਈ ਹੋਵੇ, ਜਿਹੜਾ ਰੱਬ ਜੀ ਦੇ ਪੈਰ ਥੱਲੇ ਹੋਵੇ, ਰੱਬ ਜੀ ਦੇ ਭਾਉ ਨਾਲ ਭਰਿਆ ਹੋਇਆ ਹੋਵੇ, ਬਸ ਰੱਬ ਜੀ ਦੀ ਜਾਲ ਦੇ ਅੰਦਰ ਉਹਦੀ ਸੁਰਤ ਜਿਹੜੀ ਹੈ ਉਹ ਵਿਚਰ ਰਹੀ ਹੋਵੇ। ਸੋ ਗੁਰੂ ਪਾਤਸ਼ਾਹ ਜੀ ਨੇ ਇਸ ਸਮਾਜ ਨੂੰ ਨੇੜਿਓਂ ਦੇਖਿਆ, ਇਹ ਕੀ ਕਰਦੇ ਨੇ, ਇਹ ਪਸ਼ੂ ਜਿਹੜੇ ਨੇ ਇਹਨਾਂ ਨੂੰ ਪਹਾੜ ਦੀ ਉੱਚੀ ਚੋਟੀ 'ਤੇ ਜਾ ਲੈ ਜਾਂਦੇ ਨੇ, ਉੱਥੇ ਜਾ ਕੇ ਫਿਰ ਬੜੀਆਂ ਭਿਅੰਕਰ ਡਰਾਉਣੀਆਂ ਆਵਾਜ਼ਾਂ ਕੱਢਦੇ ਨੇ। ਉਹ ਪਸ਼ੂ ਬੇਮਹਾਰੇ ਹੋ ਕੇ ਉਹ ਦੌੜਦੇ ਨੇ ਜਿਸ ਪਾਸੇ ਨੂੰ ਰਸਤਾ ਮਿਲਦਾ, ਖੱਡਾਂ 'ਚ ਡਿੱਗ ਪੈਂਦੇ ਨੇ, ਮਰ ਜਾਂਦੇ ਨੇ। ਫਿਰ ਲਿਖਿਆ ਮਿਲਦਾ ਹੈ ਲੋਕ ਕੀ ਕਰਦੇ ਨੇ, ਉਹਨਾਂ ਦੇ ਮਾਸ ਨੂੰ ਬਰਫ਼ ਵਿੱਚ ਰੱਖ ਕੇ ਫਿਰ ਖਾਂਦੇ ਰਹਿੰਦੇ ਨੇ। ਇਸ ਤਰ੍ਹਾਂ ਦੀ ਬਿਰਤੀ ਵਾਲੇ ਲੋਕ ਨੇ। ਹੁਣ ਗੁਰਦੇਵ ਜੀ ਇਹਨਾਂ ਨਾਲ ਕੀ ਸੰਵਾਦ ਕਰਨਗੇ, ਕਿਵੇਂ ਸੁਧਾਰਨਗੇ, ਇਹ ਗੱਲ ਅੱਗੇ ਚੱਲੇਗੀ। ਇਸ ਮੌਕੇ ਆਪ ਜੀ ਨੇ ਇੰਨੀ ਸੇਵਾ ਪ੍ਰਵਾਨ ਕਰਨੀ, ਪੁੱਲਾਂ ਦੀ ਮਾਫ਼ੀ ਦੇਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।